ਮੈਂ ਡਾਕਟਰ ਜਸਪਾਲ, ਅੱਜ ਅਸੀਂ ਰਾਮਗੜ੍ਹ ਸਿੱਖਰੀ ਵਿਖੇ ਆਏ ਹਾਂ ਜਿੱਥੇ ਇੱਕ ਲੇਡੀ ਦਾ ਸੈਲਫ ਹੈਲਪ ਗਰੁੱਪ ਚੱਲ ਰਿਹਾ ਅਤੇ ਬਹੁਤ ਵਧੀਆ ਤਰੀਕੇ ਨਾਲ ਉਹ ਚੱਲ ਰਿਹਾ। ਆਪਾਂ ਹੁਣ ਰੇਨੂ ਸ਼ਰਮਾ ਜੀ ਤੋਂ ਪੁੱਛਾਂਗੇ ਕਿ ਇਹ ਜਿਹੜਾ ਤੁਸੀਂ ਸੈਲਫ ਹੈਲਪ ਗਰੁੱਪ ਕਿਹੜੇ ਸਾਲਾਂ 'ਚ ਬਣਾਇਆ ਅਤੇ ਤੁਹਾਡੀਆਂ ਕੀ ਮੇਜਰ ਪ੍ਰਾਪਤੀਆਂ ਅਤੇ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਦੁੱਧ ਬਣਾ ਰਹੇ ਹੋ? ਸਭ ਤੋਂ ਪਹਿਲਾਂ ਸਰ ਤੁਹਾਡਾ ਧੰਨਵਾਦ ਕਰਦੀ ਹੈ ਸਾਡੇ ਪਿੰਡਾਂ। ਬਾਕੀ ਸਰ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਸਾਡੀਆਂ, ਦੇਖੋ ਜੀ ਤੁਹਾਡੀ ਗਾਈਡੈਂਸ ਨਾਲ ਹੀ ਅਸੀਂ ਬਣੇ, ਠੀਕ ਹੈ ਨਾ ਜੀ। ਮਹਿਕਮਾ ਹੋਰਟੀਕਲਚਰ ਜਿਹਨੇ ਸਾਨੂੰ ਸਪੋਰਟ ਕੀਤਾ, ਗਾਈਡ ਕੀਤਾ, ਅਵੇਅਰ ਕੀਤਾ, ਅੱਜ ਫਿਊਟੇ ਤੇ ਅਸੀਂ ਤਾਂ ਇੱਥੋਂ ਤੱਕ ਮੰਜ਼ਿਲ ਤੱਕ ਪੁੱਜੇ। ਦੇਖੋ ਜੀ ਜਿਹੜਾ ਸਾਡਾ ਏਰੀਆ ਸੀਗਾ ਬਿਲਕੁਲ ਵੱਡੀ ਪਹਾੜੀ ਏਰੀਆ ਜਿਹਦੇ ਵਿੱਚ ਕਿ ਜਿਹੜਾ ਸਾਡਾ ਫਰੂਟ ਹੈ ਉਹ ਸਾਡੇ ਲਈ ਇੱਕ ਵਰਦਾਨ ਬਣਿਆ। ਬਿਲਕੁਲ ਉਹਦੀ ਜੋ ਮੈਡੀਸਨ ਪ੍ਰੋਪਰਟੀਜ਼ ਹੈ ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ। ਅਤੇ ਮੈਂ ਸਰ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹੈ ਕਿ ਅਸੀਂ ਇਹਨੂੰ ਪ੍ਰੋਸੈਸ ਕਰਕੇ ਸਟੇਟ ਅਵਾਰਡ, ਨੈਸ਼ਨਲ ਅਵਾਰਡ, ਮਹਿਲਾ ਕਿਸਾਨ ਅਵਾਰਡ, ਹਰੇਕ ਅਵਾਰਡ ਜਿੱਤੇ ਜੀ। ਔਰ ਇੱਕ ਸਾਨੂੰ ਦਿਲੀ ਖੁਸ਼ੀ ਹੈ, ਇੱਕ ਅਸੀਂ ਅਚੀਵਮੈਂਟ ਹੈ ਕਿ ਕਹਿੰਦੇ ਨਾ ਜਿਸ ਤਰ੍ਹਾਂ ਇੱਕ ਲੇਡੀਜ਼ ਘਰ ਤੋਂ ਨਿਕਲ ਕੇ ਕੰਮ ਕਰਦੀ ਹੈ ਨਾ ਜੀ, ਆਪਣਾ ਪੈਸਾ ਕਮਾਉਂਦੀ ਹੈ, ਉਹ ਆਪਣੀ ਖੁਸ਼ੀ ਨੂੰ ਦੱਸ ਨਹੀਂ ਸਕਦੀ। ਇਹ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਪਹਿਲਾਂ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਪਛੜਿਆ ਜ਼ਿਲ੍ਹਾ, ਉਸ ਤੋਂ ਬਾਅਦ ਜੇ ਬਲੋਕਾਂ ਦੀ ਗੱਲ ਕਰੀਏ ਤਾਂ ਤਲਵਾੜਾ, ਤਲਵਾੜੇ ਤੋਂ ਬਾਅਦ ਜਦੋਂ ਆਪਾਂ ਗੱਲ ਕਰੀਏ ਇਹ ਜਿਹੜਾ ਪਿੰਡ ਆ ਇੱਥੋਂ ਜਿਹੜੀ ਆਪਾਂ ਹਿਮਾਚਲ ਨੂੰ ਰੋਡ ਜਾਂਦੀ ਹੈ ਦੌਲਤਪੁਰ ਰੋਡ, ਉਸ ਰੋਡ 'ਤੇ ਮਤਲਬ 13-14 ਕਿਲੋਮੀਟਰ ਦੂਰ ਆ, ਜਿੱਥੇ ਅਫਸਰਾਂ ਦਾ ਆਉਣਾ ਬੜਾ ਔਖਾ ਹੁੰਦਾ ਸੀ। ਬਾਅਦ ਇਹਨਾਂ ਨੇ ਆਪਣੇ ਬਲ ਉੱਤੇ ਨਾਲ ਆਪਣੀ ਮਿਹਨਤ ਸਦਕਾ ਅਫਸਰਾਂ ਨੂੰ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇੱਥੇ ਲੈ ਦਿੱਤਾ। ਸੋ ਇੱਥੇ ਡੀ ਸੀ ਸਾਹਿਬਾਨ ਅਤੇ ਵੱਖਰੀਆਂ ਵੱਖਰੀਆਂ ਇੰਟਰਨ ਇਜ਼ਰਾਈਲ ਤੋਂ ਵੀ ਸਾਇੰਟਿਸਟ ਮੈਂ ਹੀ ਲੈ ਕੇ ਆਇਆ, ਇਹਨਾਂ ਦਾ ਉੱਥੇ ਇਜ਼ਰਾਈਲ 'ਚ ਪਤਾ ਲੱਗਾ ਉਹ ਲੇਡੀ ਦਾ ਸੈਲਫ ਹੈਲਪ ਗਰੁੱਪ ਕਰਦਾ, ਉਹ ਵੀ ਇੱਥੇ ਦੇਖਣ ਆਏ ਆ। ਸੋ ਤੁਹਾਨੂੰ ਵੀ ਸਾਰਿਆਂ ਨੂੰ ਇਹ ਜਿਹੜੇ ਆ ਇੱਦਾਂ ਦੇ ਮੂੰਹ ਲਾਉਣੇ ਚਾਹੀਦੇ ਆ ਅਤੇ ਇਹੋ ਜਿਹੇ ਸੈਲਫ ਹੈਲਪ ਗਰੁੱਪ ਆ ਉਹਨਾਂ ਤੋਂ ਆਪਣਾ ਸਨਮਾਨ ਕੀਤਾ ਚਾਹੀਦਾ, ਜਿੱਥੇ ਉਹਨਾਂ ਦਾ ਤੁਸੀਂ ਆਰਥਿਕ ਤੌਰ 'ਤੇ ਉਹਨਾਂ ਦੀ ਸਹਾਇਤਾ ਕਰੋਗੇ ਉੱਥੇ ਤੁਹਾਨੂੰ ਜਿਹੜਾ ਰੂਟ ਆ ਬੜਾ ਖਰਾਬ ਠੀਕ ਹੋ। ਧੰਨਵਾਦ। ਮਾਤਾ ਚਿੰਤਪੁਰਨੀ ਇੱਥੋਂ 1.5 ਘੰਟੇ ਦਾ ਰਸਤਾ ਜੀ ਸਰ, ਅਤੇ ਇੱਦਾਂ ਹੀ ਡਿਪਾਰਟਮੈਂਟ ਵਾਲੇ ਆਏ ਸੀਗੇ, ਹੋਰਟੀਕਲਚਰ ਡਿਪਾਰਟਮੈਂਟ ਵਾਲੇ, ਉਹਨਾਂ ਦੀ ਸਕੀਮ ਸੀਗੀ ਕਿ ਸੈਲਫ ਹੈਲਪ ਗਰੁੱਪ ਬਣਾਉਣਾ, ਅਤੇ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਸੈਲਫ ਹੈਲਪ ਗਰੁੱਪ ਬਣਾਓ। ਅਸੀਂ ਉਹਨਾਂ ਦੀ ਗਾਈਡਲਾਈਨਸ ਅਨੁਸਾਰ ਗਰੁੱਪ ਬਣਾਉਣਾ ਸ਼ੁਰੂ ਕੀਤਾ। ਸਟਾਰਟਿੰਗ 'ਚ ਕੀ ਹੁੰਦਾ, ਜਦੋਂ ਤੁਸੀਂ ਬੰਦੇ ਨੂੰ ਜੋੜਦੇ ਹੋ ਨਾ ਜੀ, ਅਤੇ ਲੋਕ ਘੱਟ ਜੁੜਦੇ ਆ। ਉਹ ਅਸੀਂ ਇੱਕ ਵਾਰੀ ਸਾਰਿਆਂ ਨੂੰ ਮੈਸੇਜ ਕੀਤਾ ਘਰ ਘਰ ਗਏ, ਅਤੇ ਉਹਨਾਂ ਨੇ ਕੀ ਕੀਤਾ ਹੈ ਕਿ ਲੇਡੀਜ਼ ਨਹੀਂ ਜੁੜਦੀਆਂ ਸੀਗੀਆਂ, ਅਸੀਂ ਉਸ ਚੀਜ਼ ਤੋਂ ਹਤਾਸ਼ ਹੋ ਗਏ ਕਿ ਕੀ ਕਰੀਏ। ਫਿਰ ਅਸੀਂ ਉਹਦੀ ਇੱਕ ਟੈਕਨੀਕ ਕੱਢੀ ਕਿ ਕਮੇਟੀ ਪਾਓ, ਕਮੇਟੀ ਦੇ ਨਾਂ 'ਤੇ ਨਾ ਸਾਰੇ ਜੁੜਨੇ ਸ਼ੁਰੂ ਹੋ ਜਾਂਦੇ, ਜਿਹਨੇ ਨਹੀਂ ਵੀ ਪਾਣੀ ਹੁੰਦੀ ਉਹ ਵੀ ਬੰਦ। ਸਾਡੇ ਨਾਲ 36 ਲੇਡੀਜ਼ ਜੁੜੀਆਂ ਜਿਹੜੀਆਂ ਕਿ ਕਮੇਟੀ ਪਾਉਂਦੀਆਂ ਸੀਗੀ, ਕਮੇਟੀ ਪਾਈ ਸੀ ਕੰਬਲਾਂ, ਅਤੇ 36 ਮਹੀਨੇ ਦਾ ਉਹ ਚੱਲਣੀ ਸੀਗੀ। ਜਿਸ ਵੇਲੇ ਕਹਿੰਦੇ ਨਾ ਕੋਈ ਵੀ ਚੀਜ਼ ਸਟਾਰਟਿੰਗ ਕਰਨੀ ਬੜੀ ਔਖੀ ਹੈ, ਹੌਲੀ ਹੌਲੀ ਚੱਲਦੀ ਗਈ ਜੀ, 36 ਮਹੀਨੇ ਪੂਰੇ ਹੋਣ ਦੇ ਆ ਗਏ।
ਉਹਨਾਂ ਵਿੱਚੋਂ 12-13 ਲੇਡੀਜ਼ ਸੀਗੀਆਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਤੁਹਾਡੇ ਨਾਲ ਕੰਟੀਨਿਊਲੀ ਕੰਮ ਕਰਨਾ ਹੈ, ਚਾਹੇ ਕਮੇਟੀ ਪਾਓ ਚਾਹੇ ਕੋਈ ਵੀ ਕੰਮ ਕਰੋ। ਕਹਿੰਦੀ ਸਾਡੇ ਪੈਸੇ ਜੁੜ ਜਾਂਦੇ, ਉੱਦਾਂ ਸਾਡੇ ਪੈਸੇ ਨਹੀਂ ਜੁੜਦੇ। 12 ਮੈਂਬਰ ਆਏ, ਗਰੁੱਪ ਬਣਾਉਣ ਨੂੰ ਸਾਡੇ ਕੋਲ 15 ਮੈਂਬਰ ਚਾਹੀਦੇ ਸੀ। ਅਸੀਂ ਕੀ ਕੀਤਾ, ਨਾਲ ਦੇ ਪਿੰਡ ਨਾਲ ਐਫਰਟ ਕੀਤਾ, ਉੱਥੋਂ ਦੇ ਮੈਂਬਰ ਚੁੱਕੇ, 3 ਮੈਂਬਰ ਉੱਥੋਂ ਦੇ, ਅਸੀਂ ਸੈਲਫ ਹੈਲਪ ਗਰੁੱਪ ਬਣਾਇਆ। ਸੈਲਫ ਹੈਲਪ ਗਰੁੱਪ ਬਣਾਇਆ, ਫਿਰ ਅਸੀਂ 20-20 ਰੁਪਏ ਪਾਉਣੇ ਸ਼ੁਰੂ ਕੀਤੇ, ਜਿਹੜੇ 20-20 ਰੁਪਏ ਸੇਵਿੰਗ ਇਕੱਠੀ ਕਰਨੀ ਸ਼ੁਰੂ ਕੀਤੀ। 6 ਮਹੀਨੇ ਅਸੀਂ 20-20 ਰੁਪਏ ਇਕੱਠੇ ਕੀਤੇ, ਕੋਈ ਕੰਮ ਨਹੀਂ ਕੀਤਾ, ਸਿਰਫ ਬੈਂਕ 'ਚ ਖਾਤਾ ਖੁਲਾ ਕੇ। ਫਿਰ ਕੀ ਹੋਇਆ, ਸਾਡੇ ਕੋਲ ਗੁਰਕਮਲ ਸਰ ਸੀਗੇ ਹੋਰਟੀਕਲਚਰ ਦੇ, ਉਹ ਕਹਿੰਦੇ ਤੁਸੀਂ ਟ੍ਰੇਨਿੰਗ ਕਰੋ, ਕੋਈ ਕੰਮ ਕਰੋ। ਅਸੀਂ ਬੋਲੇ ਜੀ ਠੀਕ ਹੈ, ਸਾਨੂੰ ਟ੍ਰੇਨਿੰਗ ਦਵਾ ਦਿਓ ਤੁਸੀਂ, ਅਸੀਂ ਕੰਮ ਕਰ। ਉਹਨਾਂ ਨੇ ਜੀ ਸਾਨੂੰ ਅਚਾਰ ਮੁਰੱਬਿਆਂ ਦੀ ਸਕੀਮ ਦੇ ਅੰਦਰ ਟ੍ਰੇਨਿੰਗ ਦਵਾਈ। ਉਹਦੇ ਨਾਲ ਸਾਨੂੰ ਬੈਨੀਫਿਟ ਇਹ ਹੋਇਆ ਕਿ ਜਿਹੜਾ ਸਾਡਾ ਏਰੀਆ ਹੈ ਨਾ ਜੀ, ਏਰੀਏ 'ਚ ਕੀ ਹੈ, ਐਗਰੀਕਲਚਰ ਲੈਂਡ ਬੜੀ ਘੱਟ ਹੈ, ਜਿਹੜੀ ਹੈ ਵੀ ਹੈ ਉਹਨੂੰ ਜੰਗਲੀ ਜਾਨਵਰ ਤਬਾਹ ਕਰ ਦਿੰਦਾ ਹੈ। ਜਿਸ ਵੇਲੇ ਜੰਗਲੀ ਜਾਨਵਰ ਤਬਾਹ ਕਰ ਦਿੰਦਾ ਹੈ ਤਾਂ ਸਾਡੇ ਪੱਲੇ ਕੁਛ ਨਹੀਂ ਬਚਦਾ। ਤੀਜੀ ਗੱਲ ਇੱਥੇ ਇਹ ਹੈ ਕਿ ਜਿਹੜਾ ਸਾਡਾ ਪਾਣੀ ਹੈ ਉਹ ਸਾਰਾ ਵਰਖਾ 'ਤੇ ਡਿਪੈਂਡ ਹੈ, ਜਦੋਂ ਵਰਖਾ ਹੋਣੀ ਹੈ ਤਾਂ ਸਾਡਾ ਫਰੂਟ ਗਰੋਥ ਕਰਨਾ, ਨਹੀਂ ਤਾਂ ਨਹੀਂ। ਇਸ ਕਰਕੇ ਅਸੀਂ ਫਰਟੀਲਾਈਜ਼ਰ ਯੂਜ਼ ਹੀ ਨਹੀਂ ਕਰ ਸਕਦੇ ਚਾਹੁੰਦੇ ਹੋਏ ਵੀ, ਅਤੇ ਜਿੰਨਾ ਫਰੂਟ ਗਰੋਥ ਹੋਣਾ ਸਾਡਾ ਜੰਗਲ 'ਚ ਹੀ ਹੋਣਾ। ਉਹਦੀ ਮੈਡੀਸਨ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਬੜੀਆਂ, ਪਰ ਜੇ ਕੋਈ ਸਮਝੇ ਤਾਂ, ਜਦੋਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਤਾਂ ਸਾਡੇ ਲਈ ਇੱਕ ਵਰਦਾਨ ਸਾਬਤ ਹੋਇਆ ਸਾਡਾ ਏਰੀਆ, ਕਿਉਂਕਿ ਅਸੀਂ ਲੋਕਲ ਫਰੂਟ ਕਲੈਕਟ ਕਰਨਾ ਸ਼ੁਰੂ ਕੀਤਾ, ਕਲੈਕਟ ਕਰਕੇ ਇਹਨੂੰ ਪ੍ਰੋਸੈਸ ਕਰਨਾ ਸ਼ੁਰੂ ਕੀਤਾ। ਇਹਦੇ ਵਿੱਚ ਕੀ ਹੋਇਆ, ਅਸੀਂ ਕਿਸਾਨ ਮੇਲੇ ਲਾਉਣੇ ਸ਼ੁਰੂ ਕੀਤੇ, ਕਿਉਂਕਿ ਕਹਿੰਦੇ ਨਾ ਜੀ ਚੀਜ਼ ਬਣਾਉਣੀ ਸੌਖੀ ਹੈ, ਵੇਚਣੀ ਔਖੀ ਹੈ। ਵੱਡੇ ਤੋਂ ਵੱਡਾ ਵੀ ਜਿਹੜਾ ਬੰਦਾ ਹੈ ਮਾਰ ਕਿੱਥੋਂ ਖਾਂਦਾ ਹੈ ਵੇਚਣ ਤੋਂ, ਕਿਉਂਕਿ ਅਸੀਂ ਇੰਨੇ ਐਕਸਪਰਟ ਹੀ ਨਹੀਂ ਸੀਗੇ, ਨਵੇਂ ਨਵੇਂ ਸੀਗੇ। ਚਲੋ ਜੀ ਸਾਡਾ ਦਿੱਲੀ ਲੱਗਿਆ ਜੀ, ਸਾਨੂੰ ਦਿੱਲੀ ਭੇਜਿਆ ਉਹਨਾਂ ਨੇ ਫੂਡ ਸੈਮੀਨਾਰ 'ਚ। ਕਹਿੰਦੇ ਕੋਈ ਰੱਬ ਵਾਲੇ ਪਾਸੋਂ, ਕਹਿੰਦੇ ਜੇ ਐਫਰਟ ਕਰੋ ਤਾਂ ਰੱਬ ਵੀ ਦਿੰਦਾ, ਉਹ ਤਾਂ ਦਿਖਦਾ ਬਾਕੀ ਕੋਈ ਦਿਖੇ ਤਾਂ ਦਿਖੇ। ਅਤੇ ਕੀ ਹੋਇਆ ਜੀ, ਦਿੱਲੀ ਗਏ ਅਸੀਂ ਫੂਡ ਸੈਮੀਨਾਰ 'ਚ, ਸਿਰਫ 4 ਐਟਮਾਂ ਤਿਆਰ ਕਰਦੇ ਸੀਗੇ। ਅਸੀਂ ਕੀਤਾ ਸੀਗਾ ਕਰੇਲੇ ਦਾ ਅਚਾਰ, ਹਰੜ ਦਾ ਅਚਾਰ, ਆਮਲੇ ਦਾ ਅਤੇ ਨਿੰਬੂ। ਸਾਡੇ ਕੋਲ ਇਹ 4 ਵਰਾਇਟੀਆਂ ਸੀ ਜਿਹੜੀਆਂ ਅਸੀਂ ਤਿਆਰ ਕੀਤੀਆਂ। ਅਸੀਂ ਉੱਥੇ ਜਦੋਂ ਐਗਜੀਬਿਸ਼ਨ 'ਚ ਗਏ, 15 ਦਿਨ ਦੀ ਐਗਜੀਬਿਸ਼ਨ ਸੀਗੀ, ਅਸੀਂ ਉੱਥੇ ਜਾ ਕੇ ਜਿਸ ਦਾ ਦੇਖਿਆ ਅਤੇ ਉੱਥੇ ਜੀ ਬ੍ਰਾਂਡਡ ਕੰਪਨੀਆਂ, ਉਹਨਾਂ ਦੀ ਲੈਬਲਿੰਗ, ਉਹਨਾਂ ਦੀ ਪੈਕਿੰਗ। ਅਸੀਂ ਕੀ ਕੀਤਾ ਸੀ, ਗਰਫਾ ਮੇਲੇ ਸੀਗੇ ਛੋਟੀ ਛੋਟੀ, ਆਪਣੇ ਵਾਲੇ ਵੱਲੋਂ ਬੜੀ ਪਰਫੈਕਟ ਕੀਤੀ ਸੀ, ਕੰਪਿਊਟਰ 'ਚੋਂ ਸਲਿੱਪਾਂ ਕੱਢ ਕੱਢ ਕੇ ਉੱਪਰ ਲਾਈਆਂ ਸੀਗੀਆਂ। ਫਿਰ ਅਸੀਂ ਏਰੀਆ ਦੇ ਅਕੋਰਡਿੰਗ, ਕਹਿੰਦੇ ਇਫੈਕਟ ਹੁੰਦਾ ਜਦੋਂ ਤੱਕ ਬੰਦਾ ਅਵੇਅਰ ਨਾ ਹੋਵੇ। ਚਲੋ ਜੀ ਗਏ, ਸਾਨੂੰ ਉੱਥੇ ਜਾ ਕੇ ਬੜਾ ਲੱਗੇ ਵੀ ਅਸੀਂ ਕਿੱਥੇ ਆ ਗਏ, ਸਾਡਾ ਸਟੈਂਡਰਡ ਕੀ ਹੈ। ਅਸੀਂ ਕੰਪੈਰੀਜ਼ਨ ਕਰੀਏ ਉਹਨਾਂ ਨਾਲ ਵੀ ਅਸੀਂ ਤਾਂ ਕਦੀ ਇਹਨਾਂ ਨੂੰ ਮੁਕਾਬਲਾ ਹੀ ਨਹੀਂ ਕਰ ਸਕਦੇ। ਅਤੇ ਮੇਰੇ ਮਦਰ ਸਾਹਿਬ ਸੀਗੇ, ਮੈਂ ਕਹਿੰਦੀ ਉਹ ਸਾਨੂੰ ਬੜਾ ਇਨਕਰੇਜ ਕਰਦੇ ਹੁੰਦੇ ਸੀਗੇ। ਉਹਨਾਂ ਨੇ ਸਾਨੂੰ ਕਿਹਾ, ਕਹਿੰਦੇ ਦਿੱਖ ਕੇ ਕਿਹੜੀ ਚੀਜ਼ ਨਹੀਂ ਆਉਂਦੀ, ਦਿੱਖ ਕੇ ਸਿੱਖੋ, ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਕਹਿੰਦੇ ਅਸੀਂ ਇੱਥੋਂ ਪਹੁੰਚੂਗੇ। ਮਿਹਨਤ ਨਾਲ ਕਹਿੰਦੇ ਕਿਹੜੀ ਚੀਜ਼ ਨਹੀਂ ਮਿਲਦੀ, ਠੀਕ ਹੈ, ਕਹਿੰਦੇ ਕੋਈ ਗੱਲ ਨਹੀਂ, ਨਹੀਂ ਮਾਰਕੀਟਿੰਗ ਆਉਂਦੀ,
ਤੁਸੀਂ ਜਾ ਕੇ ਦੇਖੋ ਤੇ ਸਹੀ ਦੂਜੇ ਬੰਦਾ ਮਾਰਕੀਟ ਕਿੱਦਾਂ ਕਰਦਾ ਹੈ। ਅਸੀਂ ਗਏ ਹਰੇਕ ਸਟੋਰ ਦੇ ਦੇਖਿਆ, ਕਹਿੰਦੇ ਜਦ ਤੱਕ ਤੁਸੀਂ ਐਫਰਟ ਨਹੀਂ ਕਰੋਗੇ ਤੁਸੀਂ ਕਦੇ ਕਾਮਯਾਬ ਨਹੀਂ ਹੋ, ਚਾਹੇ ਏਰੀਆ ਜਿਹੜਾ ਮਰਜ਼ੀ ਆਪਣੀ ਸੋਚ ਨੂੰ ਕਹਿੰਦੇ ਡਿਵੈਲਪ ਰੱਖੋ, ਕਦੇ ਹੌਸਲਾ ਨਾ ਹਾਰੋ, ਵੱਡਿਆਂ ਦੀ ਹੌਸਲਾ ਪਹਿਲੇ ਹੀ ਚੀਜ਼ ਵੇਚਣੀ, ਮਾਇੰਡ ਪ੍ਰਪੇਅਰ ਕਰ ਲਿਆ। ਅੱਜ ਤਿੰਨ ਚਾਰ ਜਣੇ ਗਏ ਹੋਏ ਸੀਗੇ, ਤਿੰਨ ਚਦਾਰੀਆਂ ਇੱਕ ਮੇਰੇ ਫਲ ਸਾਹਿਬ, ਕਹਿੰਦੇ ਤੁਹਾਡਾ ਸਮਾਨ ਵੇਚਣ ਨੂੰ ਮੈਂ ਅੱਧੇ ਘੰਟੇ 'ਚ ਵੇਚ ਦੇਵਾਂ, ਪਰ ਮੈਂ ਨਹੀਂ ਵੇਚਣਾ। ਕਹਿੰਦੇ ਫਿਰ ਤੁਸੀਂ ਕਿੱਦਾਂ ਸਿੱਖਣਾ ਜੇ ਮੈਂ ਵੇਚ ਦਾ, ਕਹਿੰਦੇ ਇਹ ਚੀਜ਼ ਤੁਸੀਂ ਵੇਚਣੀ ਹੈ, ਅਸੀਂ ਬੜਾ ਐਫਰਟ ਕਰੀਏ, ਜ਼ਿਆਦਾ ਸਾਨੂੰ ਸਮਝਾਉਣਾ ਨਾ ਆਵੇ। ਫਿਰ ਉਹਨਾਂ ਨੇ ਸਾਨੂੰ ਨਾਲ ਪੜ੍ਹੇ, ਤੁਹਾਨੂੰ ਫਿਰ ਲੈਂਗੁਏਜ ਪ੍ਰੋਬਲਮ ਵੀ ਬਾਹਰਲੇ ਸਟੇਟਾਂ ਤੋਂ ਆਉਂਦੀ ਸੀ? ਬਿਲਕੁਲ ਸਰ, ਆਉਂਦੀ ਹੈ, ਇਹ ਬੜੀ ਦਿੱਕਤ ਰਹਿੰਦੀ ਹੈ ਜਦ ਅਸੀਂ ਆਊਟ ਆਫ ਸਟੇਟ ਜਾਂਦੇ, ਜਿੱਦਾਂ ਬੈਂਗਲੌਰ ਗਏ ਸੀਗੇ। ਹੁਣ ਦੇਖੋ ਦਿੱਲੀ ਚ ਵੀ ਕਈ ਕਸਟਮਰ ਸਾਡੇ ਕੋਲ ਕਿੱਦਾਂ ਦੇ ਆਉਂਦੇ ਆ ਕਿ ਜਿਹਨੇ ਆਪਣੀ ਭਾਸ਼ਾ ਵਿੱਚ ਐਕਸਪਲੇਨ ਕਰਨਾ ਮੰਗਦੇ ਆ, ਠੀਕ ਹੈ ਨਾ ਜੀ, ਉਹ ਜਸਟ ਸਾਡਾ ਏਰੀਆ ਇੱਦਾਂ ਦਾ, ਅਸੀਂ ਡੋਗਰੀ ਭਾਸ਼ਾ ਨੂੰ ਬਿਲੋਂਗ ਕਰਦੇ, ਠੀਕ ਹੈ ਨਾ ਜੀ, ਜਿਹੜੀ ਡੋਗਰੀ ਹੈ ਉਹ ਅਸੀਂ ਫੁੱਲ ਫਲੈਸ਼ ਬੋਲਦੇ ਕਿਉਂਕਿ ਸਾਡਾ ਟੱਚ ਹਿਮਾਚਲ ਹੈਗਾ, ਸਾਨੂੰ ਕਸਟਮਰ ਕਹਿੰਦਾ ਇੱਥੇ ਦਾ ਜਵਾਬ। ਹੁਣ ਲੋਕੀ ਅਵੇਅਰ ਹੋ ਗਏ, ਜਿੱਥੇ ਉਹ ਇੱਕ ਬੂਟਾ 50 ਰੁਪਏ ਦਾ ਵੇਚਦੇ ਸੀਗੇ, ਹੁਣ ਉਹ ਕੇਜੀ ਦੇ ਹਿਸਾਬ ਨਾਲ ਵੇਚਦੇ, ਨਹੀਂ ਤਾਂ 50 ਰੁਪਏ ਚ ਕੁਇੰਟਲਾਂ ਵੱਧਾ ਮਾਲ ਲੈ ਜਾਂਦੇ ਸੀਗੇ। ਸਰ ਈਜ਼ੀਲੀ ਅਵੇਲੇਬਲ, ਉਹ ਹੁਣ ਲੋਕਾਂ ਦਾ ਤਾਂ ਵਿਕਣਾ ਹੀ ਨਹੀਂ, ਤੁਸੀਂ ਸਮਝੋ ਉਹਨਾਂ ਦੇ ਬਰਦਾਨ ਸਾਬਤ ਹੋ ਰਹੇ ਹੋ। ਹਾਂਜੀ, ਐਕਚੁਅਲੀ ਸਰ ਰੀਜ਼ਨ ਇਹ ਸੀਗਾ, ਪਹਿਲਾਂ ਠੇਕੇਦਾਰ ਠੇਕੇਦਾਰੀ ਸਿਸਟਮ ਨਾ ਜਿਹੜਾ ਵਿਚੋਲੀਆ ਸੀਗਾ ਉਸ ਚੀਜ਼ ਦਾ ਬੈਨੀਫਿਟ ਲੈਂਦਾ ਸੀਗਾ, ਹੁਣ ਠੇਕੇਦਾਰ ਸਿਸਟਮ ਬਾਹਰ ਨਿਕਲ ਗਿਆ ਹੈ, ਅੱਧੇ ਤੋਂ ਜ਼ਿਆਦਾ ਬਾਹਰ ਹੈ। ਹੁਣ ਲੋਕੀ ਅਵੇਅਰ ਹੋ ਗਏ, ਜਿੱਥੇ ਉਹ ਇੱਕ ਬੂਟਾ 50 ਰੁਪਏ ਦਾ ਵੇਚਦੇ ਸੀਗੇ, ਹੁਣ ਉਹ ਕੇਜੀ ਦੇ ਹਿਸਾਬ ਨਾਲ ਵੇਚਦੇ, ਨਹੀਂ ਤਾਂ 50 ਰੁਪਏ ਚ ਕੁਇੰਟਲਾਂ ਵੱਧਾ ਮਾਲ ਲੈ ਜਾਂਦੇ ਸੀਗੇ, ਤੇ ਜਿਹੜਾ ਫਾਰਮਰ ਸੀਗਾ ਉਹਦੇ ਪੱਲੇ ਕੁਛ ਨੀ ਪੈਂਦਾ ਸੀਗਾ, ਉਹਨੂੰ ਸਿਰਫ 50 ਰੁਪਏ ਮਿਲਣੇ। ਹੁਣ ਜੋ ਮੰਡੀ ਰੇਟ ਚੱਲਦਾ ਹੈ ਅਸੀਂ ਕਿਲੋ ਵਾਲੇ ਨੂੰ ਪ੍ਰੈਫਰੈਂਸ ਦੇਈਦਾ, ਠੇਕੇਦਾਰ ਨੂੰ ਨਹੀਂ ਦੇਈਦਾ। ਅੱਛਾ, ਤੁਹਾਨੂੰ ਪੰਜਾਬ ਸਰਕਾਰ ਨੇ ਤਾਂ ਬੜੀ ਮਦਦ ਕੀਤੀ, ਜਿਹੜੇ ਦੋ ਤਿੰਨ ਅਧਿਕਾਰੀ ਜਾਂ ਸਰਕਾਰੀ ਕਰਮਚਾਰੀ ਜਾਂ ਸਰਕਾਰ ਕਿਹੜੇ ਕਿਹੜੇ ਵਿਅਕਤੀਆਂ ਨੇ ਤੁਹਾਨੂੰ ਜ਼ਿਆਦਾ ਇਸ ਫੀਲਡ ਵਿੱਚ ਲਿਆਉਣ ਲਈ ਮਦਦ ਕੀਤੀ? ਉਸੀ ਪਈਆ ਨੂੰ ਯੂਜ ਕਰਕੇ ਸਾਡੇ ਕੋਲ ਦੋ ਦੋ ਕਿਲੋ ਦੀ ਡਿਮਾਂਡ ਆਉਣੀ ਸ਼ੁਰੂ ਹੋ ਗਈ। ਜਦੋਂ ਅਸੀਂ ਕਿਲ ਡੇਟ 15ਵਾਂ ਦਿਨ ਸੀਗਾ ਤੇ ਅਸੀਂ ਉੱਥੋਂ ਫਸਟ ਪ੍ਰਾਈਜ਼ ਲੈ ਕੇ ਆਏ ਸੀਗੇ ਜੀ, ਨੈਸ਼ਨਲ ਅਵਾਰਡ ਸਾਨੂੰ ਪਹਿਲਾਂ ਮਿਲਿਆ ਸੀਗਾ ਉੱਥੇ। ਹਾਂਜੀ, ਸਾਨੂੰ 1 ਕਰੋੜ 39 ਲੱਖ ਦੀ ਗ੍ਰਾਂਟ ਉਹਨਾਂ ਨੇ ਦਿੱਤੀ ਸੀ, ਜਿਹੜੀ ਕਿ ਉਹਦੇ ਨਾਲ ਹੀ ਨਾਮ ਸੀਗੀ ਜਿਹਨੇ ਫਸਟ ਪ੍ਰਾਈਜ਼ ਜਿੱਤਣਾ ਸੀਗਾ, ਤੇ ਸਾਨੂੰ ਜਿਹੜਾ ਉਹ ਮਿਲਿਆ 1 ਕਰੋੜ 39 ਲੱਖ, ਉਹ ਫ੍ਰੀ ਆਫ ਕੋਸਟ ਸੀਗਾ, ਨੋ ਰਿਟਰਨ ਲੈ। ਹਾਂਜੀ, ਉਹ ਸਾਰਾ ਕੁਛ ਫ੍ਰੀ ਸੀਗਾ। ਤੇ ਉਹਦੇ ਵਿੱਚ ਕੀ ਸੀਗਾ, ਉਹਨਾਂ ਨੇ ਸਾਨੂੰ ਤਾਂ ਦਿੱਤਾ ਸੀਗਾ ਜਿਹੜਾ ਉਹ ਪੈਸਾ ਸੀਗਾ ਕੰਸਟਰਕਸ਼ਨ ਪਲੱਸ ਮਸ਼ੀਨਰੀ ਦਾ ਸੀਗਾ, ਫਿਰ ਉਹਨਾਂ ਨੇ ਉਹਨਾਂ ਨੂੰ ਦੇਣਾ ਸੀਗਾ ਜਿਹਨਾਂ ਦੀ ਕੁਆਲਿਟੀ ਸਭ ਤੋਂ ਬੈਸਟ ਆਈ ਸੀ, ਜਿਹੜੇ ਕਿ ਪਿਓਰ ਔਰਗੈਨਿਕ ਸੀ। ਅਸੀਂ ਤੇ ਸਰ ਕਦੀ ਕਰਵਾਈ ਨਹੀਂ ਸੀਗੀ,
ਅਸੀਂ ਤੇ ਸਿਰਫ ਟੁੱਟ ਗਈ। ਫਿਰ ਸਰ ਉਹਨਾਂ ਨੇ ਜਦੋਂ ਭੇਜਿਆ ਸਾਨੂੰ ਇੱਥੇ, ਉਹਨਾਂ ਨੇ ਸਾਡੀ ਵੈਰੀਫਾਈ ਕਰਵਾਇਆ ਵੀ ਵਾਪਸ ਹੋ ਜਾਂਦੇ। ਇੱਧਰ ਕੋਈ ਬੜਾ ਅਰਜੈਂਟ ਕੰਮ ਹੋਵੇ ਤਾਂ ਆਉਂਦੇ। ਉਸ ਤੋਂ ਬਾਅਦ ਸਰ ਕੀ ਹੋਇਆ, ਸਾਨੂੰ ਹਾਰਟੀਕਲਚਰ ਡਿਪਾਰਟਮੈਂਟ ਨੇ ਵਿੱਚ ਵਿੱਚ ਤੁਸੀਂ ਵੀ ਸੀਗੇ। ਕਹਿੰਦੇ ਨਾ ਜਿਹਦਾ ਗੁਰੂ ਵਧੀਆ ਹੋਵੇ ਉਹਦਾ ਚੇਲਾ ਛੜਪ ਕੇ ਹੀ ਮਾਰਦਾ ਹੈ। ਤੇ ਦੇਖੋ ਇਹਨਾਂ ਨੇ ਸਾਨੂੰ ਬੜਾ ਗਾਈਡ ਕੀਤਾ, ਹਾਰਟੀਕਲਚਰ ਡਿਪਾਰਟਮੈਂਟ ਨੇ ਸਾਨੂੰ। ਕਈ ਟੈਕਨੀਕ ਦਾ ਨਹੀਂ ਪਤਾ ਸੀਗਾ, ਟੈਕਨੀਕਲ ਅਸੀਂ ਬਿਲਕੁਲ ਵੀ ਐਕਸਪਰਟ ਨਹੀਂ ਸੀ। ਨਹੀਂ ਮੈਨੂੰ ਲੱਗਦਾ ਉਹ ਜਿਹੜੇ ਐਸਡੀਐਮ ਰਾਹੁਲ ਚਾਪਾ ਜੀ, ਫਿਰ ਉਸ ਦਾ ਕਮੇਟੀ ਬਣੀ, ਬਹੁਤ ਵਧੀਆ ਕਮੇਟੀ ਬਣੀ ਤੁਹਾਡਾ ਕੰਮ। ਸਭ ਤੋਂ ਪਹਿਲਾਂ ਸਪੋਰਟ ਸਾਨੂੰ ਕੀਤਾ ਹਾਰਟੀਕਲਚਰ ਡਿਪਾਰਟਮੈਂਟ। ਉਸ ਤੋਂ ਬਾਅਦ ਫਿਰ ਸਾਡੇ ਏਰੀਆ ਦੇ ਐਸਡੀਐਮ ਆਏ, ਫਿਰ ਐਸਡੀਐਮ ਸਰ ਨੇ ਪੂਰਾ ਵਾਚ ਆਊਟ ਕੀਤਾ। ਫਿਰ ਸਾਡੇ ਡੀਸੀ ਆਏ ਦੀਪਿੰਦਰ ਸਿੰਘ ਸਰ, ਉਹ ਸ਼ਾਮ ਕਰਕੇ ਉਦੋਂ ਹੋ ਗਏ ਉਸੇ ਸੈਸ਼ਨ 'ਚ ਸੀਗੇ। ਫਿਰ ਉਹ ਸਾਨੂੰ ਪੁੱਛਦੇ ਸੀਗੇ ਵੀ ਤੁਸੀਂ ਕਿਹੜਾ ਕੰਮ ਕਿੰਨਾ ਕਰਵਾਉਣਾ। ਕਹਿੰਦੇ ਇਹ ਨਾ ਹੋਵੇ ਕਿ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਵਾ ਦਈਏ, ਕੱਲ੍ਹ ਨੂੰ ਤੁਸੀਂ ਕੰਮ ਨਾ ਕਰ ਸਕੋ। ਕਹਿੰਦੇ ਕੰਮ ਤੁਸੀਂ ਦੱਸਣਾ, ਕਰਵਾਉਣਾ ਅਸੀਂ ਇਹ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ। ਅਤੇ ਪੀਏਯੂ ਵਾਲੇ ਜੀ ਇੱਕ ਕਮੇਟੀ ਬਣੀ, ਡਾਕਟਰ ਵਸ਼ਿਸ਼ਟ ਵੀ ਉਹਦੇ ਵਿੱਚ ਸਾਰੇ ਮੈਂਬਰ ਬਣੇ, ਸਾਡੇ ਗਰੁੱਪ ਮੈਂਬਰ। ਫਿਰ ਇਹ ਸਾਡੀ ਬਿਲਡਿੰਗ ਤਿਆਰ ਹੋਈ ਜੀ। ਉਸ ਤੋਂ ਬਾਅਦ ਅਸੀਂ ਮਸ਼ੀਨਰੀ ਆਪਣੇ ਅਕੋਰਡਿੰਗ ਪਰਚੇਸ ਕੀਤੀ ਕਿ ਕਿਹੜੀ ਸਾਨੂੰ ਚਾਹੀਦੀ। ਅੱਜ ਟਿਲ ਡੇਟ ਸਰ ਸਾਡਾ ਇਹ ਸਾਡੀ 53 ਲੱਖ ਦੀ ਟਰਨਓਵਰ ਹੈ ਜੀ, ਔਰ ਸਾਡੇ ਕੋਲ 350 ਮੈਂਬਰ ਹੈ। ਤੁਸੀਂ ਮੁਨਾਫਾ ਵੀ ਬਣਦੇ ਆ ਕਿ ਇਹ ਨਹੀਂ ਕਰੀ ਸਰ? ਸਾਡਾ ਇੱਥੇ ਸੈਲਰੀ ਬੇਸ ਹੈ ਨਹੀਂ, ਨਹੀਂ ਮੁਨਾਫਾ ਜੀ ਕੁਝ ਨਹੀਂ। ਹਾਂਜੀ ਸਰ, ਸਾਡਾ ਇਹ ਹੈ ਨਾ ਜੀ 100% ਹੈ ਜੀ, 100% ਤੋਂ ਅਸੀਂ 75% ਇਹਦੇ ਵਾਧੇ ਲਈ ਰੱਖਿਆ। ਤੁਸੀਂ ਵੀ ਆਪਣਾ ਉਹ 25% ਕਿਉਂਕਿ ਹੁਣ ਜਿਹੜੇ ਅਸੀਂ ਮੌਜੂਦ ਸਾਈਨ ਕੀਤੇ ਨੇ ਜਿੱਦਾਂ ਦੰਦਸਤਾ ਚੇਨਈ, ਇੱਥੇ ਸਾਡੀ ਆਮਲਾ ਹੈ ਨਹੀਂ ਆਈ, ਸਭ ਤੋਂ ਜ਼ਿਆਦਾ ਡਿਮਾਂਡ ਹੈ। ਸਾਨੂੰ ਆਮਲਾ ਰੱਖਣਾ ਹੀ ਨਹੀਂ ਚਾਹੀਦਾ, ਜਿੰਨਾ ਅਸੀਂ ਬਣਾਉਂਦੇ ਸਾਨੂੰ ਉੱਡਣਾ ਸੁੱਟਦਾ। ਤਾਂ ਤੁਹਾਡੇ ਵੀ ਆਲੂ ਬੁਖਾਰੇ ਲੇਵਰ ਲਈ ਬਹੁਤ ਵਧੀਆ ਚੀਜ਼ ਆ, ਉਹਨੂੰ ਵੀ ਟਰਾਈ ਕਰਨ ਦੇ ਬਾਰੇ ਕਰੋ, ਨਾਲ ਤੱਕ ਚੀਜ਼ ਵੀ ਅਵੇਲੇਬਲ ਆ ਸਾਡੇ ਏਰੀਏ 'ਚ। ਸਰ ਆਲੂ ਤੋਂ ਡਰਾਇਰ ਕਿਹੋ ਜਿਹਾ ਹੈ, ਕਿੰਨੇ ਕੁ ਦਾ ਸਾਨੂੰ ਸਰ? ਸਾਡਾ ਇਲੈਕਟ੍ਰੀਕਲ ਡਰਾਇਰ ਚਾਹੀਦਾ ਬਾਕੀ ਅਸੀਂ ਕਹਿੰਦੇ ਹਾਂ ਕਿ ਇੱਕ ਸਾਡਾ ਬੈਲੈਂਸ ਬਣਿਆ ਰਹੇ, ਕਿਉਂਕਿ ਜਿਸ ਵੇਲੇ ਅਸੀਂ ਕੋਈ ਮਸ਼ੀਨਰੀ ਜਾਂ ਸਬਸਿਡੀ, ਇਸ ਵੇਲੇ ਫਿਰ ਡੇਟ ਸਾਡੇ ਕੋਲ ਕੋਈ ਨਾ ਲੋਨ ਹੈ ਨਾ ਕੁਛ ਹੈ, ਅਸੀਂ ਇਸ ਚੀਜ਼ ਤੋਂ ਫ੍ਰੀ ਹੈਗੇ। ਤਾਂ ਅਸੀਂ ਸਾਰੇ ਮੈਂਬਰਾਂ ਨਾਲ ਹੀ ਸਲਾਹ ਕਰਦੇ ਪਏ ਸੀਗੇ। ਇੱਕ ਵਾਰੀ ਅਸੀਂ ਇੰਡਸਟਰੀ ਡਿਪਾਰਟਮੈਂਟ ਕੋਲ ਵੀ ਗਏ ਸੀਗੇ ਕਿ ਸਾਨੂੰ ਪਤਾ ਲੱਗਿਆ ਸੀਗਾ ਇੱਕ ਸਕੂਰਟੀ ਸਕੀਮ ਆਉਂਦੀ ਕੋਈ, ਉਹਦੇ ਅੰਡਰ
ਸਿਰਫ 10% ਲਾਣਾ ਹੁੰਦਾ, ਬਾਕੀ ਮੂਵਮੈਂਟ ਦਿੰਦੀ ਹੈ ਕੋਈ ਇਦਾਂ ਦਾ ਸੀਗਾ। ਐਗਰੀਕਲਚਰਲ ਇਨਫਰਾਸਟ੍ਰਕਚਰ ਫੰਡ ਕਿਉਂਕਿ ਉਹ ਸੋਚੋ ਵੀ ਕਿਹੜਾ ਤੁਹਾਡਾ ਲੋਨ ਬਣ ਸਕਦਾ, ਤੁਸੀਂ ਲੋਨ ਲੈਣਾ ਨੇ ਤੇ ਚਾਹੁੰਦੇ ਆ ਕਿ ਡਾਇਰੈਕਟਲੀ ਸਾਰਾ। ਐਕਚੁਅਲੀ ਸਰ ਅਸੀਂ 10% ਤੱਕ ਇਨਵੈਸਟ ਕਰ ਸਕਦੇ ਹਾਂ ਨਾ, ਬਾਕੀ ਬਾਕੀ ਸਾਡਾ ਫਿਰ ਵੀ ਤਾਂ ਸਾਰਾ ਸਿਸਟਮ ਹੀ ਜਾਊਗਾ ਕਿਉਂਕਿ ਅਸੀਂ ਫੂਡ ਦੀ ਸੇਵਿੰਗ ਕਰਨੀ ਹੁੰਦੀ ਹੈ ਨਾ, ਉਹ ਸਾਡਾ ਸੀਜ਼ਨ ਨਹੀਂ ਹੈ। ਲੋਕਾਂ ਨਾਲ ਅਸੀਂ MOU ਸਾਈਨ ਕੀਤੇ ਹੋਏ ਹੈ, ਅਸੀਂ ਉਸ ਬੈਲੈਂਸ ਨੂੰ ਨਹੀਂ ਹੁੰਨਾਣਾ ਚਾਹੁੰਦੇ। ਦੇਖੋ ਆਪਾਂ ਅੱਜ ਇੱਥੇ ਤਲਵਾੜੇ ਦੇ ਲਾਗੇ ਰਾਮਗੜ੍ਹ ਸਿੱਕਰੀ ਆਏ ਹਾਂ, ਜਿੱਥੇ ਮਤਲਬ ਲੇਡੀਜ਼ ਗਰੁੱਪ ਆ ਜਿਹਨੂੰ ਮੈਂ ਬੀਕ ਸਾਹਿਬ ਤੋਂ ਜਾਣਦਾ ਹੈ ਕਿ ਬਹੁਤ ਵਧੀਆ ਕੰਮ ਕਰਦਾ ਆ। ਇਹ ਇਹਨਾਂ ਦੇ ਪਰਸਨਲ ਐਫਰਟਸ ਹੀ ਆ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਇਹਨਾਂ ਦੇ ਮਿਆਰੀ ਪ੍ਰੋਡਕਟ ਨੂੰ ਮਤਲਬ ਇੰਡੀਆ ਪੱਧਰ 'ਤੇ ਤਾਂ ਜਾਣਦੇ ਜਾਣਦੇ, ਹੁਣ ਇਹਦੀ ਡਿਮਾਂਡ ਇੰਟਰਨੈਸ਼ਨਲ ਪੱਧਰ 'ਤੇ ਵੀ ਹੋ ਰਹੀ ਆ। ਹੁਣ ਤੁਹਾਨੂੰ ਬਾਅਦ ਵਿੱਚ ਆਪਾਂ ਇਹ ਜਿਹੜੇ ਯੂਨਿਟ 'ਤੇ ਵੀ ਗੇੜੀ ਲਵਾਵਾਂਗੇ।